ਇਤਿਹਾਸ ਵਿੱਚ ਅੱਜ ਦਾ ਦਿਨ ਤਹਿਤ ਅੱਜ ਅਸੀਂ ਹਾਜ਼ਰ ਹਾਂ 27 ਮਾਰਚ ਦੀ ਤਰੀਕ ਨਾਲ ਜੁੜੀਆਂ ਕੁਝ ਅਹਿਮ ਜਾਣਕਾਰੀਆਂ ਦੇ ਨਾਲ। 27 ਮਾਰਚ ਦੀ ਤਰੀਕ ਨਾਲ ਪੰਜਾਬ ਅਤੇ ਸਿੱਖ ਇਤਿਹਾਸ ਦੇ ਨਾਲ ਨਾਲ ਅੰਤਰਰਾਸ਼ਟਰੀ ਜਗਤ ਦੀਆਂ ਮਹੱਤਵਪੂਰਨ ਘਟਨਾਵਾਂ ਦੀਆਂ ਜਾਣਕਾਰੀਆਂ ਜੁੜੀਆਂ ਨੇ। 27 ਮਾਰਚ 1629 ਗੁਰੂ ਅਰਜਨ ਸਾਹਿਬ ਦੇ ਮਹਿਲ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਮਾਤਾ ਗੰਗਾ ਜੀ ਬਕਾਲਾ 'ਚ ਚੜਾਈ ਕਰ ਗਏ। ਉਹਨਾਂ ਦੀ ਮ੍ਰਿਤਕ ਦੇਹ ਨੂੰ ਜਲ ਪ੍ਰਵਾਹ ਕੀਤਾ ਗਿਆ। 27 ਮਾਰਚ 1844 ਸੁਚੇਤ ਸਿੰਘ ਡੋਗਰਾ ਆਪਣੇ ਭਤੀਜੇ ਹੀਰਾ ਸਿੰਘ ਡੋਗਰਾ ਦੀ ਫੌਜ ਨਾਲ ਲੜਦਾ ਮਾਰਿਆ ਗਿਆ। 27 ਮਾਰਚ 1915 ਗਦਰੀ ਆਗੂਆਂ ਨੂੰ ਮਿੰਟ ਕੁਮਾਰੀ ਜੇਲ 'ਚ ਫਾਂਸੀ ਦਿੱਤੀ ਗਈ। 27 ਮਾਰਚ 1917 ਗਦਰੀ ਆਗੂ ਨੂੰ ਲਾਹੌਰ ਜੇਲ 'ਚ ਫਾਂਸੀ ਦਿੱਤੀ ਗਈ। 27 ਮਾਰਚ 1923 ਬੱਬਰ ਅਕਾਲੀਆਂ ਨੇ ਮੁਖਬਰ ਹਜ਼ਾਰਾ ਸਿੰਘ ਬੈਬਲਪੁਰ ਨੂੰ ਕਤਲ ਕੀਤਾ। 27 ਮਾਰਚ 1939 ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਅਕਾਲ ਰਜਮੰਡ ਦੇ ਨਾਂ ਇੱਕ ਵਲੰਟੀਅਰ ਫੌਜ ਬਣਾਉਣ ਦਾ ਫੈਸਲਾ ਕੀਤਾ। 27 ਮਾਰਚ 1955 ਫਿਰਕੂ ਹਿੰਦੂਆਂ ਵੱਲੋਂ ਮਹਾਂ ਪੰਜਾਬ ਦੇ ਹੱਕ ਵਿੱਚ ਤੇ ਪੰਜਾਬੀ ਸੂਬਾ ਦੇ ਵਿਰੁੱਧ ਕਾਨਫਰੰਸ ਹੋਈ। 27 ਮਾਰਚ 1970 ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ। 27 ਮਾਰਚ 1976 ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ 'ਚ ਸਬਵੇ ਸਿਸਟਮ ਸ਼ੁਰੂ ਕੀਤਾ ਗਿਆ। 27 ਮਾਰਚ 1988 ਭਿੰਡਰਾ ਮਹਿਤਾ ਜਥਾ ਦੇ ਭਾਈ ਮੋਕਮ ਸਿੰਘ, ਸੂਰਤ ਸਿੰਘ, ਗੱਜਾ ਸਿੰਘ ਤੇ ਮੇਜਰ ਜਨਰਲ ਨਰਿੰਦਰ ਸਿੰਘ ਰਿਹਾ ਕਰ ਦਿੱਤੇ ਗਏ। 27 ਮਾਰਚ 1988 ਜਗੀਰ ਸਿੰਘ ਨੇ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਖਾਲਿਸਤਾਨ ਦਾ ਨਕਸ਼ਾ ਜਾਰੀ ਕੀਤਾ। 27 ਮਾਰਚ 1999 ਦਲਬੀਰ ਸਿੰਘ ਤੇ ਸੋਮਾ ਸਿੰਘ ਨਕਲੀ ਮੁਕਾਬਲੇ 'ਚ ਸ਼ਹੀਦ ਕਰ ਦਿੱਤੇ ਗਏ। 27 ਮਾਰਚ 1990 ਪੰਜਾਬ ਪੁਲਿਸ ਨੇ ਮੇਹਰ ਸਿੰਘ ਨੂੰ ਨਕਲੀ ਮੁਕਾਬਲੇ 'ਚ ਸ਼ਹੀਦ ਕਰ ਦਿੱਤਾ। 27 ਮਾਰਚ 1991 ਪੰਜਾਬ ਪੁਲਿਸ ਨੇ ਗੁਰਪਾਲ ਸਿੰਘ ਸਿਪਾਹੀ ਉਰਫ ਪਾਲੀ ਅਤੇ ਮੇਹਰ ਸਿੰਘ ਨੂੰ ਨਕਲੀ ਮੁਕਾਬਲੇ 'ਚ ਸ਼ਹੀਦ ਕਰ ਦਿੱਤਾ। 27 ਮਾਰਚ 1992 ਜਸਵਿੰਦਰ ਸਿੰਘ, ਜਸਵੀਰ ਸਿੰਘ ਅਤੇ ਮਲਕੀਅਤ ਸਿੰਘ ਨਕਲੀ ਪੁਲਿਸ ਮੁਕਾਬਲੇ 'ਚ ਸ਼ਹੀਦ ਕਰ ਦਿੱਤੇ ਗਏ। 27 ਮਾਰਚ 1993 ਸਵਿੰਦਰ ਸਿੰਘ ਨੂੰ ਇੱਕ ਨਕਲੀ ਮੁਕਾਬਲੇ 'ਚ ਸ਼ਹੀਦ ਕਰ ਦਿੱਤਾ ਗਿਆ। 27 ਮਾਰਚ 1998 ਸੈਕਸ ਕਰਨ 'ਚ ਨਾਮਰਦੀ ਦਾ ਇਲਾਜ ਕਰਨ ਵਾਲੀ ਗੋਲੀ ਵਿਆਗਰਾ ਨੂੰ ਅਮਰੀਕਾ ਦੇ ਸਿਹਤ ਮਹਿਕਮੇ ਨੇ ਮਨਜ਼ੂਰੀ ਦਿੱਤੀ। ਇਤਿਹਾਸ ਵਿੱਚ ਅੱਜ ਦਾ ਦਿਨ ਤਹਿਤ ਪੰਜਾਬ ਅਤੇ ਸਿੱਖ ਇਤਿਹਾਸ ਦੇ ਨਾਲ ਨਾਲ ਅੰਤਰਰਾਸ਼ਟਰੀ ਜਗਤ ਦੀਆਂ ਮਹੱਤਵਪੂਰਨ ਜਾਣਕਾਰੀਆਂ ਲੈ ਕੇ ਕੱਲ ਮੁੜ ਹਾਜ਼ਰ ਹੋਵਾਂਗੇ। ਜਾਣਕਾਰੀ ਲਈ ਵਿਸ਼ੇਸ਼ ਧੰਨਵਾਦ ਸਿੱਖ ਇਤਿਹਾਸਕਾਰ ਸਰਦਾਰ ਹਰਜਿੰਦਰ ਸਿੰਘ ਦਲਗੀਰ।